ਕਿਸੇ ਤੁਰੇ ਜਾਂਦੇ ਬੰਦੇ ਨੂੰ ਗੋਲੀ ਮਾਰ ਦਿਓ ਕਿ ਜਿਹਦੇ ਮਰਜ਼ੀ ਗਲ ਪੈ ਜਾਓ ਹਥਿਆਰ ਲੈ ਕੇ। ਹਥਿਆਰ ਵੈਪਨ ਇੱਕ ਇੱਦਾਂ ਦੀ ਚੀਜ਼ ਆ, ਉਹ ਵੈਸੇ ਹੀ ਬੰਦੇ ਨੂੰ ਦਲੇਰ ਕਰ ਦਿੰਦਾ। ਪਿੱਛੇ ਜੇ ਕੋਈ ਲੜਦਾ ਹੀ ਕਿਸੇ ਨਾਲ ਤਾਂ ਪਹਿਲਾਂ ਤਾਂ ਦੱਸਦਾ ਸੀ ਵੀ ਮੈਂ ਪੈਣਾ ਸੀ ਤੈਨੂੰ, ਤਗੜਾ ਹੋ ਜਾਈ, ਪ੍ਰਬੰਧ ਕਰ ਲਈ ਆਪਣਾ। ਪਰ ਇੱਥੇ ਪਤਾ ਨਹੀਂ ਲੱਗਦਾ, ਟੁੱਟੇ ਜੇ ਪਲਟੀਨੇ 'ਤੇ ਆ ਕੇ ਕੰਨ ਥਾਣੀ ਕੱਢ ਦਿੰਦਾ ਕਾਹਦੀ ਦਲੇਰੀ। ਜਾਂ ਤਾਂ ਅਗਲੇ ਨੂੰ ਦੱਸ ਕੇ ਆਓ ਵੀ ਭਾਈ ਆਉਣ ਲੱਗੇ, ਫਿਰ ਪਤਾ ਲੱਗਦਾ ਹੈ ਕਿ ਨਹੀਂ। ਹੁਣ ਪਤਾ ਹੀ ਕੋਈ ਨਹੀਂ ਲੱਗਦਾ ਇੱਥੇ ਯਾਰ ਕਿਹੜਾ ਦੁਸ਼ਮਣ ਕਿਹੜਾ। ਉਹ ਤੁਰੇ ਜਾਂਦੇ ਤੇ ਮਗਰੋਂ ਗੋਲੀ ਮਾਰ ਦਿਓ ਨਾ ਕੋਈ ਕੀ ਹੋਵੇ। ਔਖਾ ਬਹੁਤ ਹੋਇਆ ਪਿਆ ਦੁਨੀਆਂ ਦਾ ਜੀ। ਜਿਹੜੀ ਅੱਜ ਕੱਲ੍ਹ ਦੀ ਯਾਰੀ ਰਹਿ ਗਈ ਹੈ ਨਾ, ਉਹ ਵੀ ਵਿਖਾਵਾ ਹੀ ਰਹਿ ਗਈ ਆ। ਤੁਹਾਡੀ ਯਾਰੀ ਓਨਾ ਚਿਰ ਤੁਹਾਡੇ ਯਾਰ ਨਾਲ ਨਿਭਦੀ ਆ ਜਿੰਨਾ ਚਿਰ ਤੱਕ ਤੁਸੀਂ ਉਹਦੇ ਬਰਾਬਰ ਹੋ। ਜਦੋਂ ਮਾੜਾ ਜਿਹਾ ਵੀ ਤਾਂ ਹੋ ਗਏ, ਫਿਰ ਤੂੰ ਕੌਣ ਤੇ ਮੈਂ ਕੌਣ। ਬਾਬਾ ਜੀ ਜਿੰਨਾ ਚਿਰ ਤੁਸੀਂ ਉਹਦੇ ਬਰਾਬਰ ਹੋ, ਜੇ ਡਾਊਨ ਜਾਓਗੇ ਤੇ ਤੁਹਾਡੇ ਨਾਲ ਨਿਭਦਾ ਰਹੂਗਾ ਕਿ ਕੋਈ ਗੱਲ ਨਹੀਂ, ਤੁਹਾਡਾ ਹਾਲ ਚਾਲ ਪੁੱਛਦਾ ਰਹੂਗਾ। ਪਰ ਜਿੱਦਣ ਤੁਸੀਂ ਆਪਣੇ ਯਾਰ ਤੋਂ ਉੱਪਰ ਉੱਠ ਪਏ, ਤਰੱਕੀ ਤੁਸੀਂ ਕਿਸਮਤ ਤੁਸੀਂ ਆਪਣੀ ਖਾਣੀ ਆ, ਕਿਸੇ ਦਾ ਕੁਛ ਨਹੀਂ ਖਾਣਾ। ਪਰ ਜਦੋਂ ਤੁਸੀਂ ਆਪਣੇ ਸੱਜਣਾਂ ਨਾਲੋਂ ਤਾਂ ਹੋ ਗਏ, ਫਿਰ ਅਗਲੇ ਦਿਨ ਹੀ ਰੰਗ ਵੇਖ ਲਿਓ ਤੇ ਚਿਹਰੇ ਦਾ ਬਦਲਿਆ ਹੋਊਗਾ, ਟੋਨ ਚੇਂਜ ਹੋ ਜਾਂਦੀ। ਅਸੀਂ ਮੈਂ ਸੰਘਰਸ਼ ਕੀਤਾ 13-14 ਸਾਲ, ਬੜਾ ਕੁਛ ਰਿਹਾ ਜ਼ਿੰਦਗੀ 'ਚ, ਪਰ ਕਲਾਕਾਰ ਬਣਨ ਤੋਂ ਬਾਅਦ ਸਾਰਾ ਕੁਛ ਹੀ ਉੱਡ ਗਿਆ। ਉਹ ਉੱਡਣਾ ਹੀ ਸੀ ਕਿਉਂਕਿ ਤਰੱਕੀ ਕਰ ਲਈ। ਉਹ ਦੁਨੀਆ ਪੜ੍ਹੀਆਂ ਨਹੀਂ ਸਕੂਲੇ, ਪੜ੍ਹਿਆ ਨਹੀਂ ਬੈਕ ਬੋਨ ਤੇ ਪਹਾੜ ਮੇਰਾ ਬਾਪੂ ਖੜਿਆ। ਉਹ ਮੇਰੀ ਹੀ ਅੱਖ ਦਾ ਨਾ ਰੋ ਬਈ ਅਮਰਾਜ, ਚੱਲਦਾ ਨਹੀਂ ਮੁੰਡਾ ਅੱਜ ਦਾ ਆ ਰਾਜਾ ਨਹੀਂ ਓ ਪਤਾ ਕੱਲ ਦਾ ਆਉਂਦਾ। ਚੀਕਾਂ ਕੜਵਾਉਂਦਾ ਪੁੱਤ ਸ਼ਿੰਦੇ ਦਾ, ਕਿੱਦਾਂ ਕਹਿ ਦੀਏ ਲਗਾਉਣ ਸਾਥੋਂ ਮੱਚਦੀ ਨਹੀਂ। ਤੈਨੂੰ ਰੱਬ ਨੂੰ ਕਹੀ ਕੇ ਦੂਜਾ ਜਨਮ ਦਵੇ ਮੈਨੂੰ, ਇਹਦੇ ਚ ਹਰਾਉਣਾ ਤੇਰੇ ਵਸਦੀ ਨਹੀਂ। ਆ ਤੈਨੂੰ ਰੱਬ ਨੂੰ ਕਹੀ ਕੇ ਦੂਜਾ ਜਨਮ ਦਵੇ ਮੈਨੂੰ, ਇਹਦੇ ਚ ਹਰਾਉਣਾ ਤੇਰੇ ਵਸਦੀ ਨਹੀਂ। ਸੋ ਸਭ ਤੋਂ ਵੱਡਾ ਤੁਹਾਡਾ ਯਾਰ, ਸਭ ਤੋਂ ਵੱਡਾ ਤੁਹਾਡਾ ਯਾਰ ਤੁਹਾਡੀ ਫੈਮਿਲੀ ਆ, ਤੁਹਾਡੇ ਸੱਜਣ। ਜਿੱਥੇ ਪਰਿਵਾਰ ਨੇ ਖਲਾਉਣਾ, ਜਿੱਥੇ ਭਰਾ ਨੇ ਖਲਾਉਣਾ, ਉੱਥੇ ਕੋਈ ਨਹੀਂ ਬਾਬਾ ਜੀ। ਤੁਹਾਡਾ ਕਿੰਨਾ ਵੀ ਸੱਜਣ ਹੋ, ਪਰਖ ਲਿਓ ਕਦੀ ਵੀ, ਜੇ ਗੱਲ ਝੂਠ ਨਿਕਲ ਆਈ ਤੇ ਜੋ ਮਰਜ਼ੀ ਕਹਿ ਦਿਓ। ਸਬਸਕ੍ਰਾਈਬ ਕਰੋ MS Live TV ਚੈਨਲ ਨੂੰ ਤੇ ਨਵੀਆਂ ਨਵੀਆਂ ਵੀਡੀਓਜ਼ ਦੇਖਣ ਲਈ ਬੈਲ ਦੇ ਆਈਕਨ 'ਤੇ ਕਲਿੱਕ ਕਰੋ।